ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਐਲੀ ਮੰਗੜ ਉਹ ਪੰਜਾਬੀ ਗਾਇਕ ਜੋ ਨਿਊਜ਼ੀਲੈਂਡ ਤੋਂ ਚੱਲ ਲੜਾਈ ਲਈ ਮਿਥੇ ਟਾਈਮ ਤੇ ਮੋਹਾਲੀ ਸੈਕਟਰ 88 ਵਿੱਚ ਪਹੁੰਚਿਆ, ਜਿਸ ਤੋਂ ਬਾਅਦ ਰੰਧਾਵਾ ਭਰਾ ਤਾਂ ਭੱਜ ਗਏ ਪਰ ਪੁਲਿਸ ਵੱਲੋਂ ਐਲੀ ਮੰਗੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਹਨਾਂ ਨੂੰ 27 ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ। ਸਭ ਤੋਂ ਬਾਅਦ ਕਾਫੀ ਲੋਕਾਂ ਦੇ ਪੰਜਾਬੀ ਸਿੰਗਰਾਂ ਵੱਲੋਂ ਕਿਹਾ ਗਿਆ ਕਿ ਐਲੀ ਮੰਗੜ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ। ਇਸ ਦੇ ਸੰਬੰਧੀ ਅੱਜ ਸਿੱਧੂ ਮੂਸੇਵਾਲੇ ਵੱਲੋਂ ਐਲੀ ਮੰਗੜ ਦੀ ਸਪੋਰਟ ਕਰਦਿਆਂ ਕਿਹਾ ਗਿਆ ਕਿ ਬਹੁਤ ਜ਼ਿਆਦਾ ਮਾੜਾ ਹੋ ਰਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਮਾਮਲੇ ਵਿੱਚ ਐਲੀ ਮੰਗੜ ਦੇ ਨਾਲ ਹਾਂ। ਮੇਰਾ ਬਈ ਸੁਭਾਅ ਪਤਾ ਇੱਦਾਂ ਦਾ ਵੀ ਆਪਾਂ ਬਹੁਤ ਘੱਟ ਬੋਲੀਦਾ ਬਹੁਤ ਘੱਟ ਚੀਜ਼ਾਂ ਦੇ ਵਿੱਚ, ਕਿਉਂਕਿ ਹਾਂ ਆਪਾਂ ਐਲੀ ਦਾ ਵੀ ਇਹ ਆ ਬਈ ਵੀ ਵਧੀਆ ਬੰਦਾ ਆਪਣਾ ਭਰਾ ਹੈ ਨਾ, ਸਾਰੇ ਚੱਲ ਆਪਣਾ ਦੋਸਤ ਹੈਗਾ, ਠੀਕ ਹੈ ਨਾ। ਜੋ ਵੀ ਸਿਸਟਮ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਅਤੇ ਹੁਣ ਆਪਾਂ ਉਹਨਾਂ ਬੰਦਿਆਂ ਦੇ ਵਿੱਚੋਂ ਹੈ ਨਹੀਂ ਕਿ ਬਈ ਵੀ ਪਬਲਿਸਿਟੀ ਲੈਣ ਦੇ ਲਈ ਵਿੱਚ ਆਪਣਾ ਬੋਲੀ ਜਾਵਾਂਗੇ, ਪਰ ਜੋ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ, ਇੱਦਾਂ ਨਹੀਂ ਹੋਣਾ ਚਾਹੀਦਾ। ਕੋਈ ਵੀ ਭਲਾ ਨਹੀਂ, ਕਿੱਡੀ ਵੀ ਗੱਲ ਹੈ, ਇੱਕ ਆਰਟਿਸਟ ਹੈ, ਜਿਹਨੂੰ ਆਰਟਿਸਟ ਦੇ ਹਿਸਾਬ ਨਾਲ ਹੀ ਬਿਹੇਵ ਕਰਨਾ ਚਾਹੀਦਾ ਹੈ ਨਾ। ਅਤੇ ਪਰ ਜੋ ਵੀ ਪ੍ਰਸ਼ਾਸਨ ਕਰ ਰਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਐਡੀ ਵੱਡੀ ਗਲਤੀ ਸੀਗੀ, ਅਤੇ ਉਹ ਠੀਕ ਹੋਣਾ ਚਾਹੀਦਾ ਸਾਰਾ ਕੁਛ ਨਾ। ਬਾਕੀ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ, ਝੂਠ ਸੱਚ ਤੁਸੀਂ ਸਾਰੇ ਜਾਣਦੇ ਹੀ ਹੋ, ਠੀਕ ਹੈ ਨਾ ਜੀ। ਅਤੇ ਬਾਕੀ ਆਪਾਂ ਸਾਰਿਆਂ ਦੀ ਬੈਕਤੀ ਹੈ ਜਿਹਨਾਂ ਦੇ ਜਿਹੜੇ ਜਿਹੜੇ ਬੰਦੇ ਆਪਣੇ ਨਾਲ ਖੜੇ ਆਪਾਂ ਉਹਨਾਂ ਦੇ ਨਾਲ ਹਾਂ ਜੀ। ਅਤੇ ਕੋਈ ਨਹੀਂ ਬਾਈ, ਸਾਰਾ ਕੁਛ ਠੀਕ ਹੋ, ਅਸੀਂ ਵੀ ਨਾਲ ਹਾਂ ਸਾਰੇ ਬਾਈ ਦੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਇਸ ਮਾਮਲੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਐਲੀ ਮੰਗੜ ਨਾਲ ਸੱਚਮੁੱਚ ਧੱਕਾ ਹੋ ਰਿਹਾ ਹੈ ਜਾਂ ਨਹੀਂ, ਤੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੇਣਾ। ਇਸੇ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।